ਗੁੱਡ ਆਫਟਰਨੂਨ ਆ, ਗੁੱਡ ਈਵਨਿੰਗ, ਗੁੱਡ ਗੁੱਡ ਈਵਨਿੰਗ, ਗੁੱਡ ਗੁੱਡ ਈਵਨਿੰਗ, ਗੁੱਡ ਗੁੱਡ ਈਵਨਿੰਗ, ਗੁੱਡ ਈਵਨਿੰਗ ਜੀ, ਗੁੱਡ ਗੁੱਡ ਈਵਨਿੰਗ। ਇੱਕ ਮਿੰਟ ਆ ਖੋਲੀ, ਬੁਰਾ ਬੂਹਾ ਖੋਲੀ, ਨਹੀਂ ਇੱਥੇ ਲਾਣੀ, ਪਾਰਸਲ ਆ ਚੁੱਕੇ ਆ ਜੀ, ਐਂਡ ਟਾਈਮ ਟੂ ਟਾਈਮ ਹੀ ਵੀਡੀਓ ਪਈ ਆ ਕਿ ਨਹੀਂ, ਸਰਪ੍ਰਾਈਜ਼ ਆ ਰਿਹਾ ਵਾ। ਹਾਂਜੀ ਸਰਪ੍ਰਾਈਜ਼ ਜਿਹੜਾ, ਨਹੀਂ ਉਧਰ ਲਾਣੇ ਆ, ਕਿੱਥੇ ਲਾਣੇ ਆ, ਉਧਰ ਲਾ ਲੈ, ਇੱਧਰ ਲੈ, ਇੱਧਰ ਲੈ, ਇੱਥੇ ਲਾ ਦੇ, ਲਾ ਦੇ ਵੇ, ਇੱਥੇ ਇੱਥੇ ਲਾ ਦੇ, ਲਾ ਦਿਓ। ਲਓ ਜੀ ਇੱਕ ਆਟੋ ਆ ਗਿਆ, ਇੱਕ ਆਟੋ ਹੋਰ ਆ ਰਿਹਾ ਆ। ਗੁੱਡ ਗੁੱਡ ਈਵਨਿੰਗ, ਐਂ ਆਪਾਂ ਵੀਡੀਓ ਸਟਾਰਟ ਕੀਤੀ, ਨਾਲ ਹੀ ਆਟੋ ਆ ਗਿਆ। ਟਾਈਮਿੰਗ ਲਓ ਜੀ, ਠੰਡ ਦੇ ਮੱਦੇ ਨਜ਼ਰ ਰੱਖਦੇ ਹੋਏ, ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ, ਆਸ਼ੂ ਜੱਟੀ ਵਾਲੇ ਤੁਹਾਡੇ ਕਰਕੇ ਆਫਰ ਲਗਾਉਣੀ ਆ ਜੀ, ਤੁਹਾਡੇ ਕਰਕੇ। ਠੰਡ ਬਹੁਤ ਹੋ ਚੁੱਕੀ ਆ, ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ, ਠੰਡ ਨੂੰ ਸਰਕਾਰ ਨੇ ਯੈਲੋ ਅਲਰਟ, ਪੰਜਾਬ ਚ ਠੰਡ ਬਹੁਤ ਕਹਿੰਦੇ ਪੈਣੀ। ਹਾਂਜੀ, ਤੇ ਆਪਾਂ ਆਸ਼ੂ ਦੀ ਹੱਟੀ ਵੱਲੋਂ ਦੇਤੀ ਆਫਰ, ਓਵਰ ਓਵਰ ਓਵਰ, ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੀ ਠੰਡ ਹੋ ਗਈ ਕਹਿਰ ਦੀ, ਰਜਾਈਆਂ ਆ ਗਈਆਂ ਕਹਿਰ ਦੀਆਂ, ਡਿਜ਼ਾਈਨਿੰਗ ਆ ਗਈ ਕਹਿਰ ਦੀ, ਜਿਹੜੀ ਰਜਾਈ ਸੀਗੀ ਦੋ ਦੋ ਹਜ਼ਾਰ ਪੱਚੀ ਪੱਚੀ ਸੌ ਰੁਪਏ ਵਾਲੀ, ਦੋ ਦੋ ਹਜ਼ਾਰ ਪੱਚੀ ਪੱਚੀ ਸੌ ਰੁਪਏ ਦੀ ਰਜਾਈ ਤੁਹਾਡੇ ਵਾਸਤੇ ਇੱਕ ਆਹ ਵਾਲੀ ਰਜਾਈਆਂ ਓਫਰ ਵਿੱਚ ਲਿਆਂਦੀਆਂ। ਕੱਲ ਤਰੀਕ ਹੈਗੀ 9 ਤਰੀਕ, ਪਹਿਲਾ ਮਹੀਨਾ 2024 ਨੂੰ, ਦਿਨ ਹੈਗਾ ਮੰਗਲਵਾਰ, ਮਹਾਮਾਈ ਦਾ ਦਿਨ ਆ, ਮੰਗਲਵਾਰ ਦਿਨ ਆ ਜੀ, ਹਨੂਮਾਨ ਦਾ ਦਿਨ ਆ, ਮਹਾਮਾਈ ਦਾ ਦਿਨ ਵੀ ਆ ਮੰਗਲਵਾਰ। ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਸ਼ੂ ਦੀ ਹੱਟੀ ਵਾਲੇ ਤੁਹਾਡੀਆਂ ਸੇਵਾ ਦੇ ਵਿੱਚ ਹਾਜ਼ਰ, ਜਿਹੜੀ ਰਜਾਈ ਹੈਗੀ ਆ 2022 ਰੁਪਏ ਵਾਲੀ, ਸਰੂਫੇ ਬਿੱਲੀ ਦੇ ਬਲੂੰਗੜੇ, ਇਹ ਨਵੀਂ ਕੰਪਨੀ ਜੋ ਨਵਾਂ ਮਾਲ ਆਇਆ ਫੈਕਟਰੀਆਂ ਚੋਂ ਬਣ ਕੇ, ਨਵੇਂ ਨਵੇਂ ਆਰਟੀਕਲ ਜਿਹਦਾ ਕਿ ਰੇਟ ਸੁਣਦੇ ਸਾਰੀ ਤੁਹਾਡੇ ਹੋਸ਼ ਉੱਡ ਜਾਣੇ ਆ। ਤੇ ਸੇਲ ਦੀ ਆਫਰ ਦੀ ਟਾਈਮਿੰਗ ਹੈਗੀ ਆ ਸਵੇਰੇ ਸਵੇਰੇ 7:30 ਵਜੇ ਤੋਂ ਲੱਗ ਕੇ, ਸਵੇਰੇ 7:30 ਵਜੇ ਤੋਂ ਲੱਗ ਕੇ 9:30 ਵਜੇ ਤੱਕ ਜੀ, 2 ਘੰਟੇ ਦੀ ਆਫਰ, ਸਿਰਫ 2 ਘੰਟੇ ਦੀ ਰਜਾਈ, 2 ਘੰਟੇ ਬਹੁਤ ਆ ਭਾਜੀ, 2 ਘੰਟੇ ਬਹੁਤ, ਰਜਾਈਆਂ ਵੀ ਇੰਨੀਆਂ ਕੀ ਆ। 7:30 ਤੋਂ ਲੱਗ ਕੇ 9:30 ਵਜੇ ਤੱਕ ਜੀ, ਪਹਿਲਾਂ ਪੂਰਾ ਟਾਈਮ ਤੇ ਸਮਾਂ ਨੋਟ ਕਰ ਲਓ ਤੇ ਐਡਰੈਸ ਨੋਟ ਕਰ ਲਓ। ਕੱਲ ਨੂੰ ਦਿਨ ਹੈਗਾ ਆ ਮੰਗਲਵਾਰ, ਤਰੀਕ ਹੈਗੀ ਆ 9 ਤਰੀਕ, ਪਹਿਲਾ ਮਹੀਨਾ 2024 ਨਵਾਂ ਸਾਲ, 9 ਤਰੀਕ ਪਹਿਲਾ ਮਹੀਨਾ 2024 ਦਿਨ ਮੰਗਲਵਾਰ ਇਹ ਆਫਰ ਲੱਗਣ ਲੱਗੀ ਆ। ਬੰਗਾ ਰੋਡ ਤੇ ਕਿੰਗ ਸਾਈਜ਼ ਦੀਆਂ ਬੈਡਸ਼ੀਟਾਂ ਰਜਾਈਆਂ ਐਨ ਗਰਮ ਦੇ ਵਿੱਚ, ਜਿਹਦਾ ਕਿ ਰੇਟ ਹੈਗਾ 2-2 ਹਜ਼ਾਰ, 1800-1800, 2500-2500। ਇਹ ਸਿਰਫ ਸੇਲ ਲੱਗਣੀ ਆ ਮੋਰਨਿੰਗ ਆਫਰ, ਤੇ ਲਿਫਾਫਾ ਝੋਲਾ ਘਰੋਂ ਲੈ ਕੇ ਆਉਣਾ,
ਜਾਨਾ ਤੁਸੀਂ ਬੰਨਣੀ ਆ ਰੱਸੀ ਵਗੈਰਾ ਜੋ ਵੀ ਨਾਲ ਲੈ ਕੇ ਆਉਣਾ, ਅਸੀਂ ਤੁਹਾਨੂੰ ਕੱਲੀ ਰਜਾਈਆਂ ਦੇਣੀਆਂ, ਤੁਸੀਂ ਕੱਚ ਪਾ ਕੇ ਲਿਆਉਂਦੇ ਆ ਕੱਚ, ਆਪਾਂ ਤੁਹਾਨੂੰ ਰਜਾਈਆਂ ਦੀ ਆਫਰ ਦੇਣੀ ਆ, ਲਿਫਾਫਾ ਝੋਲਾ ਪਲੀਜ਼ ਕਰੋ ਲੈ ਕੇ ਆਉਣਾ ਜੀ, ਫਿਰ ਨਾ ਕਹੀਓ ਦੂਰੋਂ ਆਏ ਸੀ ਲਿਫਾਫਾ ਝੋਲਾ ਨਹੀਂ ਲੈ ਕੇ ਆਇਆ ਹੋਇਆ, ਆਪਾਂ ਤੁਹਾਨੂੰ ਕਰ 2500 ਰੁਪਏ ਵਾਲੀ, ਇਹ ਵਾਲੀ ਰਜਾਈ ਸਿਰਫ ਕੱਲ ਦਾ ਦਿਨ, ਓਨਲੀ ਕੱਲ ਦਾ ਦਿਨ ਜੀ, ਕੱਲ ਦਾ ਦਿਨ, ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ, ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਰਜਾਈ ਹੈਗੀ ਆ ਗਿਣਤੀ ਦੇ 120 ਜਾਂ 130 ਪੀਸ ਰਜਾਈਆਂ ਦੇ ਆ, ਠੰਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੁਹਾਨੂੰ ਓਵਰ ਲਗਾ ਦੇਣੀ ਆ ਪੈਸੇ। ਆਹ ਵਾਲੀ ਰਜਾਈ ਜਿਹਦਾ ਰੇਟ ਹੈਗਾ 1800, 2000, 2200, ਇਹ ਤੁਹਾਨੂੰ ਮਿਲ ਜਾਣੀ 890 ਰੁਪਏ ਦੇ ਵਿੱਚ ਜੀ। ਹਾਂਜੀ, ਮੈਂ ਕਿਹਾ ਠੰਡ ਬਹੁਤ ਆ ਜੀ। ਹਾਂਜੀ 890 ਹੀ, ਵਿੱਚ ਹੀ 2000 ਵਿੱਚ ਹੀ, ਠੰਡ ਵਧੀਆ ਕਿੰਨੀ ਆ, ਕਈਆਂ ਦਾ ਬਜਟ ਹੈਗਾ ਕਈਆਂ ਦਾ ਨਹੀਂ ਹੈਗਾ, ਕੋਈ ਗੱਲ ਨੀ, ਪੂਰੇ ਪੰਜਾਬ ਚ ਤੇ ਓਫਰ ਹੈਗੀ ਕੱਲ ਦਾ ਦਿਨ, ਸਿਰਫ ਕੱਲ ਦਾ ਦਿਨ, ਸਿਰਫ ਕੱਲ ਦਾ ਦਿਨ। ਤੇ ਇਹ ਵੀ ਗੱਲ ਨਾਲ ਆ, ਜੇ ਕੋਈ ਪੈਸਾ ਦੇ ਗਿਆ ਤਾਂ ਵੀ ਠੀਕ ਆ, ਜੇ ਕੋਈ ਨਾ ਦੇ ਗਿਆ ਤਾਂ ਵੀ ਠੀਕ ਆ, ਗਿਫਟ ਹੀ ਆ। ਜੇ ਕੋਈ ਜਿਆਦਾ ਹੀ ਮਾੜਾ ਆ, ਜੇ ਕੋਈ ਪੈਸੇ ਨਹੀਂ ਦੇ ਹੁੰਦੇ ਉਹ ਉਦੇ ਵੀ ਲੈ ਆਵੇ। ਹਾਂਜੀ, ਠੰਡ ਬਹੁਤ ਆ, ਠੰਡ ਨੀ ਲੱਗਣ ਦੇਣੀ, ਡਾਕਟਰਾਂ ਕੋ ਨੀ ਜਾਣ ਦੇਣਾ ਆਪਾਂ। ਜੇ ਕਿਸੇ ਦਾ ਬਜਟ ਹੈ ਨੀ ਗਾ, ਕੋਈ ਨਹੀਂ ਦੇ ਸਕਦਾ ਪੈਸਾ, ਤਾਂ ਵੀ ਕੋਈ ਗੱਲ ਨੀ, ਤਾਂ ਵੀ ਕੋਈ ਗੱਲ ਨੀ ਜੀ। ਭਾਜੀ ਕੋਈ ਗੱਲ ਨੀ, ਕੋਈ ਗੱਲ ਨੀ, ਫੇਕ ਹੀ ਹੋਇਆ। ਜੇ ਕੋਈ ਪੈਸਾ ਦੇ ਗਿਆ ਤਾਂ ਵੀ ਠੀਕ ਆ, ਜੇ ਕੋਈ ਨਾ ਦੇ ਗਿਆ ਤਾਂ ਵੀ ਠੀਕ ਆ, ਅਰਜਾਈ ਦੇਣੀ ਆ ਤਾਂ ਵੀ ਕੋਲੋ ਪਾ ਕੇ ਦੇਣੀ ਆ, ਪਰ ਅਰਜਾਈ ਚ ਵੀ 1500, 2000, 1800, 2000 ਰੁਪਏ ਦੀ ਰਜਾਈ, ਕੱਲ ਦਾ ਦਿਨ, ਸਿਰਫ ਕੱਲ ਦਾ ਦਿਨ ਜੀ, ਕੱਲ ਦਾ ਦਿਨ 890। ਜੇ ਕੋਈ ਕਿਸੇ ਕੋਲ ਪੈਸਾ ਨਹੀਂ ਵੀ ਹੋਇਆ ਤਾਂ ਵੀ ਕੋਈ ਗੱਲ, ਤਾਂ ਵੀ ਆ ਕੇ ਲੈ ਜਾਵੇ, ਤਾਂ ਵੀ ਕੋਈ ਗੱਲ ਨੀ। ਸਵੇਰੇ 7:30 ਤੋਂ ਲੱਗ ਕੇ, 7:30 ਤੋਂ ਲੱਗੇ 9 ਵਜੇ ਤੱਕ, ਸਾਢੇ 9 ਵਜੇ ਤੱਕ ਜੀ, ਜਿਹੜਾ ਲੈ ਗਿਆ, ਰਹਿ ਗਿਆ ਸੋ ਰਹਿ ਗਿਆ। ਭਾਜੀ ਘੰਟੇ ਚ ਵੀ ਮਾਲ ਖਤਮ ਹੋ ਸਕਦਾ, ਅੱਧੇ ਘੰਟੇ ਚ ਵੀ, ਡੇਢ ਘੰਟੇ ਚ ਵੀ, 15 ਮਿੰਟਾਂ ਚ ਵੀ ਖਤਮ ਹੋ ਸਕਦਾ ਮਾਲ, ਜਿਹੜਾ ਲੈ ਗਿਆ, ਰਹਿ ਗਿਆ ਸੋ ਰਹਿ ਗਿਆ। ਹਾਂ ਨਹੀਂ, ਜਿਹੜਾ ਮੰਨ ਲਓ ਹੁਣ ਮਰਜਾਈਆਂ ਆਪਣੇ ਕੋਲ 120 ਆ, 8 ਤੱਕ ਖਤਮ ਹੋ ਗਈ, ਭਾਵੇਂ 8 ਵਜੇ ਖਤਮ ਹੋਈ, ਮੇਰੀ 8:15 ਤੱਕ, 8:15 ਤੱਕ ਮੇਲੀਆਂ ਵੰਡ ਗਏ ਆ ਮੌਕੇ ਦੇ ਹਿਸਾਬ ਨਾਲ। ਹਾਂ ਮੌਕੇ ਨਹੀਂ ਭਾਜੀ, ਭਲੇ ਵੀ ਕਰਨੇ ਆ, ਕੋਈ ਗੱਲ, ਮੇਲਾ ਤਾਂ ਲੱਗਦਾ ਹੀ ਆ, ਮੇਲਾ ਤਾਂ ਰੋਜ਼ ਲੱਗਦਾ ਹੀ ਆ ਨਾ, ਬਿਲਕੁਲ। ਜੇ ਕੋਈ ਸੇ ਕੋ ਨਹੀਂ ਵੀ ਪੈਸਾ ਦੇ ਹੋਊਗਾ ਤਾਂ ਤਾਂ ਵੀ ਕੋਈ ਲੈ ਆਵੇ, ਤਾਂ ਵੀ ਕੋਈ ਗੱਲ ਨੀ। ਇਹ ਆਸ਼ੂ ਦੀ ਅੱਟੀ ਆ ਜੀ, ਮੈਂ ਕਿਹਾ ਡਾਕਟਰਾਂ ਕੋਲ ਪਹੁੰਚਣ ਨੀ ਦੇਣਾ, ਬਿਲਕੁਲ। ਰੇਟ ਹੈਗਾ ਆ ਸਿਰਫ ਤੇ ਸਿਰਫ 890, ਤੇ ਅੱਧੇ ਘੰਟੇ ਭਾਵੇਂ ਖਤਮ ਹੋਵੇ, ਭਾਵੇਂ ਇੱਕ ਘੰਟੇ ਚ, ਭਾਵੇਂ 15 ਮਿੰਟਾਂ ਚ, ਸਵੇਰੇ 7:30 ਤੋਂ ਲੱਗ ਕੇ 9 ਵਜੇ ਤੱਕ ਓਫਰ ਆ, ਘੰਟੇ ਡੇਢ ਘੰਟੇ ਦੀ, 15 ਮਿੰਟ ਮਾਲ ਖਤਮ ਹੋਵੇ, ਡੇਢ ਘੰਟੇ ਖਤਮ ਹੋਵੇ, 2 ਘੰਟੇ ਖਤਮ ਹੋਵੇ, ਤੁਹਾਡੇ ਸਾਹਮਣੇ ਖੋਲਣੇ ਆ 120 ਪੀਸ ਗਿਣ ਕੇ, ਪੀਸ ਵੀ 120 ਆਏ ਗਿਣਤੀ ਦੇ,
ਦੋ ਆਟੋ ਭਰ ਕੇ ਆਏ ਆ, 120 ਫਲਾਵਟ ਹੈਗੀ ਪੂਰੀ, ਦੋ ਆਟੋ ਭਰ ਕੇ ਆ ਚੁੱਕੇ ਆ। ਜੇ ਕੋਈ ਪੇਮੈਂਟ ਦੇ ਗਿਆ ਤਾਂ ਵੀ ਠੀਕ ਆ, ਜੇ ਕੋਈ ਨਾ ਦੇ ਗਿਆ ਤਾਂ ਵੀ ਠੀਕ ਆ। ਬਸ ਇਹ ਆ ਤੁਸੀਂ ਲਿਫਾਫਾ ਝੋਲਾ ਘਰੋਂ ਲੈ ਕੇ ਆਉਣਾ ਜੀ, 890 ਰੁਪਏ ਦੇ ਵਿੱਚ ਡਬਲ ਬੈਡ ਦੀ ਰਜਾਈ। ਚਾਦਰ ਨੀ ਸਹੀ ਮੈਨੇ ਜਾਂਦੀ, ਹਾਂਜੀ ਉਹ ਆ ਦਰੀ ਦੁਰੀ ਲੈਣ ਚਲ ਜਾਓ, 400-500 ਦਰੀ ਆਉਂਦੀ ਆ, ਇਹ ਰਜਾਈਆਂ ਆ, ਤਲਾਈ ਨੀ ਆਂਦੀ 400-500 ਘੱਟ। ਉਹਦੀ ਓਵਰ ਕਦਮ ਹੋ ਚੁੱਕੀ ਆ, ਨਹੀਂ ਨਹੀਂ ਉਹ ਹੁਣ ਓਵਰ ਕਦਮ ਆ, ਉਹ ਨਹੀਂ ਮੰਨਣਾ ਮਿਲ ਲੈਣੇ ਨੇ। ਕੋਸ਼ਿਸ਼ ਕਰੂੰਗਾ ਰੇਟ ਹੁਣ 1500 ਦੋ ਹੀ ਆ। ਉਹ ਲਾ ਗਏ ਹੁਣ ਜਿਹੜੀ ਸੇਲ ਲਾਣੀ ਸੀ, ਕਾਫੀ ਮਾਲ ਲੋਕੀ ਮੈਨੂੰ ਲੱਗਦਾ ਬੋਰਿਆਂ ਦੇ ਬੋਰੇ ਭਰ ਭਰ ਕੇ ਲੈ ਕੇ ਗਏ ਹੋਲਸੇਲਰ, ਵੱਡੇ ਵੱਡੇ ਹੋਲਸੇਲਰ ਤਤੰਦਰ ਲੈ ਕੇ, ਟੋਟਲ ਐਕਸਪੋਰਟ ਦਾ ਮਾਲ ਆ। ਇਹਦਾ ਰੇਟ ਹੁਣ ਹੋ ਗਈਆਂ 1500 ਦੀਆਂ ਦੋ, ਬਾਕੀ ਕੱਲ ਮੌਕੇ ਤੇ ਗੱਲ ਆ, ਮੇਲ ਵਾਲੇ ਨੂੰ ਫੇਰ ਮਨਾ ਲੈਣੇ ਆਪਾਂ ਫੋਨ ਕਰਕੇ, ਜੇ ਉਹ ਮੰਨ ਗਿਆ 900 ਦੀਆਂ ਦੋ ਤਾਂ 900 ਦੀਆਂ ਦੋ ਹੀ ਚੱਲੂਗੀ ਆ, ਨਹੀਂ ਤਾਂ 1500 ਦੋ ਤਾਂ ਹੈ ਹੀ ਆ। ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ, ਆਹ ਵਾਲੀਆਂ ਰਜਾਈਆਂ ਤੁਹਾਨੂੰ ਦੇਣੀਆਂ ਆਪਾਂ 890 ਦੇ ਵਿਚ। ਇੱਕ ਵਾਰੀ ਫੇਰ ਖੋਲ ਕੇ ਖਾ ਲੋ ਸਾਈਜ਼ ਜਰਾ ਚੰਗੀ ਤਰ੍ਹਾਂ, ਏਦੇ ਬੋਰੇ ਬੰਦ ਕਰ ਦਿਓ, ਏਦੇ ਕਰ ਲੋ। ਸਵੇਰੇ 7:30 ਵਜੇ ਮੇਲਾ ਸਟਾਰਟ, ਇਹ ਮੇਲਾ ਸਟਾਰਟ ਹੋਣਾ ਬੰਗਾ ਰੋਡ ਤੇ। ਇਹ ਖੋਲਿਆ ਉਹਨੇ ਇੱਕ ਪਾਰਸਲ, ਜਿਹੜੇ ਬਾਕੀ ਪਾਰਸਲ ਖੋਲੇ ਉਹਨਾਂ ਦੇ ਵੱਖਰੇ ਵੱਖਰੇ ਡਿਜ਼ਾਈਨ ਹੋਣੇ ਆ, ਜਿੰਨੇ ਡਿਜ਼ਾਈਨ ਵੱਖਰੇ ਵੱਖਰੇ ਬੋਰੇ ਵੱਖਰੇ ਵੱਖਰੇ ਪਾਰਸਲ, ਸਿਰਫ 890 ਰੁਪਏ ਚ ਰਜਾਈ ਹੁੰਦੀ ਆ ਜੀ, ਹੁੰਦੀ ਆ। ਗਰਮ ਚਾਦਰ ਨੀ ਆਂਦੀ 890, ਤਲਾਈ ਲੈ ਚੱਲੋ, ਜਿਹੜੀ ਤਲਾਈ ਉਹੀ 500-600 ਘੱਟ ਨੀ ਆਂਦੀ। ਹੁੰਦੀ ਆ ਪੂਰੇ ਬੰਗਾ ਰੋਡ ਤੇ। ਦੁਕਾਨ ਦੇ ਬੰਦੇ ਹੈਰਾਨ ਹੋਏ ਰੇਟ ਸੁਣ ਕੇ, ਕੋਈ ਗੱਲ ਨੀ, ਜਿਹੜੇ ਜਿਹਨੇ ਲਿਜਾਣੀ ਲੈ ਜਾਓ, ਕੋਈ ਚੱਕਰ ਨੀ। ਇਹ ਆਸ਼ੂ ਦੀ ਹੱਟੀ ਆ ਜੀ, ਤੁਹਾਡੀ ਹਰ ਟਾਈਮ ਸੇਵਾ ਦੇ ਵਿਚ ਹਾਜ਼ਰ। ਧੰਨਵਾਦ ਤੁਹਾਡਾ ਸਾਰਿਆਂ ਦਾ। ਟਾਈਮ ਨੋਟ ਕਰ ਲਿਓ, ਸਵੇਰੇ 7:30 ਤੋਂ ਪਹਿਲਾਂ ਆਪਾਂ ਪਹੁੰਚ ਜਾਣਾ, ਤੁਸੀਂ 7:30 ਵਜੇ ਪੂਰੇ ਸਟਾਰਟ ਕਰ ਦੇਣੀ ਆ, 7:30 ਤੇ 7:45 ਦੇ ਵਿੱਚ ਸਟਾਰਟ ਕਰ ਦੇਣੀ, 8 ਤੋਂ ਪਹਿਲਾਂ ਰਾਈਟ ਟਾਈਮ ਸ਼ੁਰੂ ਕਰ ਦੇਣੀ, 7:30 ਵਜੇ ਸਟਾਰਟ ਆ। ਵੈਸੇ ਆਉਣ ਨੂੰ ਮੈਨੂੰ 10-15 ਮਿੰਟ ਕੇ ਲੇਟ ਹੋ ਜਾਣਾ, 9 ਵਜੇ ਤੱਕ ਹਾਂ, ਭਾਵੇਂ 1 ਘੰਟੇ ਮਾਲ ਖੋਲ ਸਕਦੇ, ਭਾਵੇਂ 1.5 ਘੰਟੇ, ਭਾਵੇਂ 15 ਮਿੰਟਾਂ ਚ, 120 ਗਿਣਤੀ 120 ਹੋਈ ਆ। ਆਜੋ ਤੇ ਲੈ ਜਾਓ ਆਸ਼ੂ ਦੀ ਹੱਟੀ ਬੰਗਾ ਰੋਡ ਫਗਵਾੜਾ। ਧੰਨਵਾਦ ਤੁਹਾਡਾ ਸਾਰਿਆਂ ਦਾ।